ਇਹ ਅਰਦਾਸ ਕਿ ਮਹਾਰਾਜ ਕੋਈ ਹਨੇਰੀ ਇਹੋ ਜਿਹੀ ਨਾ ਆਵੇ ਜਿਹੜੀ ਨਿਤ ਨਿਯਮ ਤੋਂ ਤੋੜ ਦੇ, ਕੋਈ ਹਨੇਰੀ ਸਾਡੇ ਅੰਦਰ ਇਹੋ ਜਿਹੀ ਨਾ ਆਵੇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਸਾਨੂੰ ਸੰਗਤ ਤੋਂ ਤੋੜ ਦੇਵੇ, ਕੋਈ ਹਨੇਰੀ ਇਹੋ ਜਿਹੀ ਨਾ ਆਵੇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਸਾਨੂੰ ਤੁਹਾਡੀ ਸਿੱਖੀ ਤੋਂ ਤੋੜ ਦੇਵੇ। ਆਖੋ ਸਤਨਾਮ। ਟੀਵੀ 'ਤੇ ਕੋਈ ਪ੍ਰੋਗਰਾਮ ਆ ਗਿਆ, ਉਹਨੂੰ ਵੇਖ ਕੇ ਚੁੰਨੀ ਚੱਲ ਜੇ, ਸਿੱਖੀ ਚੱਲ ਜੇ, ਕੋਈ ਹੋਰ ਬੇਦਬੀ ਹੋ ਜੇ, ਮਹਾਰਾਜ ਕੋਈ ਇਹੋ ਜਿਹੀ ਹਨੇਰੀ ਸਾਡੇ ਅੰਦਰ ਨਾ ਆਵੇ ਕਿ ਸਾਨੂੰ ਦੂਜਾ ਉੱਚਾ ਜਾਪੇ ਅਤੇ ਤੇਰੀ ਸਿੱਖੀ ਛੋਟੀ ਲੱਗਣ ਲੱਗ ਪਵੇ, ਸਪਿਰਿਟ ਭਰ ਦੇ ਸਾਡੇ ਅੰਦਰ ਕਿ ਹੈ ਵੀ ਉੱਚੀ ਅਤੇ ਸਾਨੂੰ ਅੰਦਰ ਇੱਕ ਪਿਆਰ ਆ ਜੇ, ਤੇਰੀ ਸਿੱਖੀ ਤੋਂ ਉੱਚਾ ਕੁਝ ਵੀ ਨਹੀਂ, ਪਰੇ ਕੁਝ ਵੀ ਨਹੀਂ। ਤੁਸੀਂ ਇੱਕ ਮੂਰਤ ਖੜੀ ਕਰ ਲਓ, ਉਹ ਮੂਰਤ ਸ਼ਰਾਬ ਪੀ ਰਹੀ ਹੈ, ਸਿਗਰਟ ਪੀ ਰਹੀ ਹੈ, ਸਰੀਰ ਦੇ ਤਨ ਦੇ ਕੱਪੜੇ ਵਾਸ਼ਨਾ ਪੈਦਾ ਕਰ ਰਹੇ ਨੇ, ਅਤੇ ਦੂਜੇ ਬੰਨੇ ਮੂਰਤ ਇੱਕ ਗੁਰਸਿੱਖ ਦੀ ਖੜੀ ਕਰ ਲਓ, ਨਾ ਉਹਦੇ ਵਾਸ਼ਨਾਵਾਂ ਵਾਲੇ ਕੱਪੜੇ ਨੇ, ਨਾ ਉਹਦੀ ਜ਼ਿੰਦਗੀ ਤੰਬਾਕੂ ਹੈ, ਨਾ ਉਹਦੀ ਜ਼ਿੰਦਗੀ ਸ਼ਰਾਬ ਹੈ, ਨਾ ਉਹਦੀ ਜ਼ਿੰਦਗੀ ਕੋਈ ਦੂਜੀ ਚੀਜ਼ ਹੈ, ਤੁਹਾਨੂੰ ਨਹੀਂ ਨਜ਼ਰ ਆਏਗਾ ਕਿ ਵਾਕੇ ਹੀ ਸਿੱਖੀ ਸਭ ਤੋਂ ਉੱਚੀ ਹੈ। ਭੈਣੋ ਮੇਰੀ ਮੇਰੀ
ਭੈਣੋ ਗਾਇਕੇ